ਸਾਡਾ ਵੀਰ ਹੈ ਔਰ ਨਾਲ ਸਾਡੇ ਬੜੇ ਸਤਿਕਾਰ ਦੇ ਯੋਗ ਨੇ ਸਰਦਾਰ ਲਖਵਿੰਦਰ ਸਿੰਘ ਜੀ ਔਲਖ ਸਾਹਿਬ, ਉਹਨਾਂ ਦਾ ਵੱਡਾ ਮਾਣ ਸਨਮਾਨ ਜਿਹੜਾ ਸਾਡੀ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਵੀ ਸਰਪੰਚ ਸਾਹਿਬ ਤੁਹਾਡਾ ਉੱਠਦਾ ਹੈ, ਤੁਹਾਡਾ ਸਤਿਕਾਰ ਹੈ ਔਲਖ ਸਾਹਿਬ, ਤੁਸੀਂ ਆਪਣੇ ਜਿਹੜੇ ਕੀਮਤੀ ਪਲ ਹੈ ਸਾਡੇ ਨਾਲ ਇੱਥੇ ਬਣਾਏ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਔਰ ਬਾਈ ਜੀ ਤੁਹਾਡੀ ਕਲਮ ਨੂੰ ਮੇਰਾ ਸਲਾਮ ਹੈ, ਮੈਂ ਫਿਰ ਤੋਂ ਕਹੂੰਗਾ ਕਿ ਜੁਲਮ ਕੇ ਸਾਏ ਮੇ ਲਬ ਖੋਲੇਗਾ ਕੌਣ, ਅਗਰ ਹਮ ਉਪਰਾਹੀ ਤੋਂ ਬੋਲੇਗਾ ਕੌਣ, ਜ਼ਰੂਰ ਜਿਹੜਾ ਸਾਡੇ ਆਮ ਆਵਾਮ ਨੂੰ ਅਵੇਅਰ ਕਰਨ ਦਾ ਜਿਹੜਾ ਮੌਕਾ ਹੈ, ਜ਼ਰੂਰ ਸਾਨੂੰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਅਵੇਅਰ ਕਰਨਾ ਬਣਦਾ ਹੈ ਇਹਨਾਂ ਨਸ਼ਿਆਂ ਤੋਂ, ਜਿਹੜੀਆਂ ਮਾਰੂ ਆਮਤਾਂ ਤੋਂ ਜ਼ਰੂਰ ਸਾਨੂੰ। ਇਹ ਤੋਂ ਅਸੀਂ ਬਹੁਤ ਵੱਡਾ ਧੰਨਵਾਦ ਕਰਾਂਗੇ ਮਨੂ ਭਰਾ ਸਾਡਾ, ਉਹਨਾਂ ਦੇ ਨਿੱਘੇ ਦੇ ਸੱਦੇ ਉੱਪਰ ਭਾਈ ਗਗਨ ਸਰਪੰਚ ਕਾਸੂਬੇਗੂ ਦੇ ਨਾਲ ਸਾਡੇ ਲਖਵੀਰ ਸਿੰਘ ਜੀ ਸਰਪੰਚ ਸਾਹਿਬ ਕਾਸੂਬੇਗੂ ਤੋਂ ਵਿਸ਼ੇਸ਼ ਤੌਰ 'ਤੇ ਆਏ, ਉਹਨਾਂ ਦਾ ਸਨਮਾਨ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਕਰਦੇ ਹੈ ਸਾਡੇ ਪਹੁੰਚੇ ਹੋਏ ਸਤਿਕਾਰਯੋਗ ਸੱਜਣਾਂ ਦਾ। ਔਰ ਜੀ ਆਖਾਂਗੇ ਆਊਟ ਵੀ ਏ ਮੈਨ ਦੇ ਨਾਲ ਮੇਰੇ ਵੀਰੋ ਚੌੜਾ ਦਾ ਮੈਨ ਖੇਡਿਆ ਜਾਣਾ ਰਾਜਵਾਲ ਦੀ ਟੀਮ ਦੇ ਨਾਲ, ਇਹ ਵੀ ਮੀਤ ਆ ਜਿਹੜਾ ਮੈਚ ਹੋਣਾ ਹੈ, ਇਹ ਵੀ ਚਮਕੌਰ ਕੁੰਡੀਆਂ ਦੇ ਸਿੰਘ ਹੀ ਹੋਣਗੇ ਖੇਡ ਗਰਾਊਂਡ ਦੇ ਅੰਦਰ। ਮੈਡਿਕ ਦੇ ਟੀਮ ਜਿਹੜੀ ਆ ਗਈ ਹੈ ਆਹ ਮੇਰੇ ਵੀਰੋ ਖੇਡ ਗਰਾਊਂਡ ਦੇ ਅੰਦਰ ਜਾਣ ਵਾਲੇ ਦੀ ਟੀਮ ਕਹਿੰਦੇ ਮੈਦਾਨ ਦੇ। ਹਾਂਜੀ ਮੈਰੀ ਆਹ ਮੈਚ ਵੀ ਕਹਿੰਦੇ ਚੋਟੀ ਦਾ ਖੇਡਿਆ ਜਾਣਾ ਹੈ, ਮੇਰੇ ਨਾਲ ਬੋਲਾਂ ਦੀ ਸਾਜ ਕਬੱਡੀ ਦਾ ਕ੍ਰਿਕਟ ਦਾ ਕਹਿੰਦੇ ਐਨ ਚੋਟੀ ਦਾ ਬੁਲਾਰਾ ਸਾਡਾ ਵੱਡਾ ਬਾਈ ਹੈ ਧਰਮ ਪਲੇਅਰ, ਭਰਾ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਮੈਂ ਵੀ ਧਰਮ ਬਾਈ ਸਾਡਾ ਬਹੁਤ ਬਹੁਤ ਧੰਨਵਾਦ ਨਾਲ ਮੀਤ ਬੋਲਿਆ ਗਿਆ, ਅਤੇ ਨਾਲ ਸਾਡਾ ਵੀਰ ਹੈ ਬੱਬੂ ਰੋਜ਼ ਸਾਹਿਬ ਤੋਂ ਪੁੱਜਿਆ ਹੋਇਆ ਹੈ, ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ। ਇੱਧਰਲੇ ਪਾਸੇ ਕਹਿੰਦੇ ਪਹਿਲਾ ਵਰਤੌਂਦ ਲਈ ਖਿਡਾਰੀ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ, ਇਹਦਾ ਕਹਿੰਦੇ ਖੁਸ਼ਾ ਨਾਮ ਹੈ ਲਾ ਦੋਦਾ ਪਿੰਡ ਹੈ, ਦੂਜੇ ਪਾਸੇ ਕਹਿੰਦੇ ਅੰਬਰ ਹੈ ਮੇਰੇ ਵੀਰੋ ਚੌੜ ਦੀ ਕਹਿੰਦੇ ਧਰਤੀ ਦਾ ਮੁੰਡਾ ਹੈ, ਰਾਜਵਾਲ ਦੀ ਟੀਮ ਹੈ ਜਿਹੜੀ ਖੇਡ ਗਰਾਊਂਡ ਦੇ ਅੰਦਰ। ਇੱਕ ਮੇਰੀ ਬੇਨਤੀ ਹੈ ਵੀਰਵਾਰ ਦੇ ਸਾਰੀਆਂ ਟੀਮਾਂ ਨੂੰ ਜਿਹੜੀਆਂ ਟੀਮਾਂ ਖੇਡਦੀਆਂ ਨੇ ਜਿਹੜਾ ਫੈਸਲਾ ਅੰਪਾਇਰ ਨੇ ਦੇ ਦਿੱਤਾ ਉਹੀ ਕਿਸੇ ਵੀ ਟੀਮ ਦਾ ਕੋਈ ਵੀ ਖਿਡਾਰੀ ਅੰਪਾਇਰ ਦੇ ਨਾਲ ਕੋਈ ਕਿੰਤੂ ਪ੍ਰੰਤੂ ਨਾ ਕਰੇ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਟੀਮਾਂ ਦੇ ਖਿਡਾਰੀਆਂ ਨੂੰ। ਮੈਟ ਬੜਾ ਤਕੜਾ ਹੈ ਲਓ ਸਾਹਮਣੇ ਕਹਿੰਦੇ ਲੈਵੀ ਚਮਕੌਰ ਮੁੰਡਾ ਕਹਿੰਦੇ ਅੰਬਰ ਹੈ ਜਾਣ ਵਾਲੀ ਧਰਤੀ ਦਾ, ਲਓ ਸਾਹਮਣੇ ਅੰਬਰ ਜਾਣ ਵਾਲੀ ਆ ਐਸੇ ਬਾਲ ਪਾਉਂਦੇ ਐਨ ਤਿਆਰ ਦਾ ਤਿਆਰ, ਪਰ ਸਾਹਮਣੇ ਵੇਖਦੇ ਨੇ ਐਸੇ ਤਕੜਾ ਸ਼ਾਟ ਮਾਰਿਆ ਮੁੰਡੇ ਨੇ, ਪਰ ਸਾਹਮਣੇ ਐਸੇ ਵੇਖਦਾ ਇਹ ਮੁੰਡਾ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਹੈ, ਬੜਾ ਵਧੀਆ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ। ਉਧਰ ਸਾਡੇ ਵੀਰ ਹੈ ਜਰਮਨ ਸੁਪਰ ਜਿੰਨਾ ਨੋਲਰ ਰਾਜ ਅਤੇ ਸੁੱਖ ਸਿੱਧੂ ਇਹਨਾਂ ਭਰਾਵਾਂ ਦੇ ਵੱਡੇ ਸਹਿਯੋਗ ਹੈ, ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹੈ। ਮੇਰੇ ਧੰਮ ਬਾਈ ਮੁੰਡਾ ਬਾਲ ਪਾਉਂਦੇ ਐਨ ਤਿਆਰ ਬਰ ਤਿਆਰ ਹੈ, ਹਾਂ ਕਹਿੰਦੇ ਖੁਸ਼ਾ ਮੇਰੇ ਵੀਰੋ ਦੋਦੇ ਦੀ ਧਰਤੀ ਦਾ, ਗੋਲ ਵੀ ਬੈਠਾ ਕਨੇਡਾ ਦੇ ਵਿੱਚ ਹਣੀ ਵੀ ਕਹਿੰਦੇ ਕਨੇਡਾ ਚਲਾ ਗਿਆ, ਰਾਜਵਾਲ ਦੀ ਟੀਮ ਖੇਡਦੀ ਹੈ। ਔਰ ਵੀਰ ਸਾਡੇ ਕਹਿੰਦੇ ਅਰਸ਼ ਵਰਗੇ ਕਾਲੇ ਵਰਗੇ ਕਹਿੰਦੇ ਬੁੱਢੇ ਹੋਏ ਨੇ ਰਾਜਵਾਲ ਦੀ ਟੀਮ, ਇਹਦੇ ਫਰੀਦਕੋਟ ਦਾ ਬੜਾ ਪ੍ਰਸਿੱਧ ਨਗਰ ਹੈ, ਤੇ ਦੂਸਰੇ ਪਾਸੇ ਵੇਖਦਾ ਮੁੰਡੇ ਚੌਣ ਵਾਲੇ ਪਿੰਡ ਦੇ ਨੇ ਬੜੇ ਟੌਪ ਦੇ ਖਿਡਾਰੀ ਹੈ ਮੇਰੇ ਵੀਰੋ, ਔਰ ਗਗਨ ਬਰਾੜ ਵਾਲੀ ਟੀਮ ਮੇਰੇ ਵੀਰੋ ਖੇਡਦੀ ਹੈ ਖੇਡ ਗਰਾਊਂਡ ਦੇ ਅੰਦਰ। ਆਹ ਬਿਜਲੀ ਹੈ ਮੁੰਡਾ ਆਹ ਬਠਿੰਡੇ ਵਾਲਾ ਮੇਰੇ ਵੀਰੋ ਤਿਆਰ ਬਰ ਤਿਆਰ ਹੈ ਖੇਡ ਮੈਦਾਨ ਦੇ ਅੰਦਰ, ਇਹ ਕਹਿੰਦੇ ਬਿਜਲੀ ਬਠਿੰਡੇ ਦੀ ਧਰਤੀ ਦਾ, ਲਓ ਸਾਹਮਣੇ ਬਿਜਲੀ
ਬਠਿੰਡੇ ਵਾਲਾ ਐਨ ਤਿਆਰ ਬਰ ਤਿਆਰ ਹੈ, ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਸਾਧਾ ਵਾਲੇ ਦੀ ਧਰਤੀ ਹੈ, ਜ਼ਿਲ੍ਹੇ ਫਰੀਦਕੋਟ ਦਾ ਮਾਣ ਮੱਤਾ ਪਿੰਡ ਹੈ ਕਿ ਰਹਿਣ ਸਲਾਮਤ ਕੁੱਖ ਤੇ ਪਾਣੀ, ਸੁਣਦੀ ਰਹਿ ਗੁਰੂਆਂ ਦੀ ਬਾਣੀ, ਤੈਨਿਆ ਰੀਤ ਨਾ ਹੋਵੇ ਪੁਰਾਣੀ। ਰਣਵੀਰ ਬਲੈਕੀ ਪੁੱਛੋ ਕਲਾਵਾ ਹਰ ਰਣਜੀਤ ਸਿੰਘ ਹੈ ਮੇਰੇ ਵੀਰੋ,
ਰਣਜੀਤ ਸਿੰਘ ਜਿਹੜੇ ਬਲੈਕੀ ਆਇਆ ਖੇਡ ਗਰਾਊਂਡ ਦਾ ਆਸਰੀਆ ਵਾਲਾ ਪੈ ਰਹੀਆਂ ਨੇ ਮੇਰੇ ਵੀਰੋ ਤੁਹਾਡਾ ਰਾਜਵਾਲ ਦੀ ਕਹਿੰਦੇ ਧਰਤੀ ਦਾ ਜਦੋਂ ਚੱਲੀਏ ਨਾ ਗੋਲਿਆਂ ਤੋਂ ਫਰੀਦਕੋਟ ਮੇਨ ਰੋਡ ਦੇ ਉੱਪਰ ਕਹਿੰਦੇ ਇਸ ਤੇ ਕਮੈਂਟ ਹੈ ਮੁੰਡਿਆਂ ਦਾ ਰਾਜਵਾਲੀਏ ਕਹਿੰਦੇ ਗਬਰੂ ਖੇਡ ਮੈਦਾਨ ਅੰਦਰ ਹੈ ਅਰਸ਼ ਦੀਆਂ ਬਾਲਾਂ ਪੈਂਦੀਆਂ ਨੇ ਖਿਡਾਰੀ ਕਹਿੰਦੇ ਤਿਆਰ ਹੈ ਮੇਰੇ ਵੀਰੋ ਖੇਡ ਮੈਦਾਨ ਅੰਦਰ ਭੁੱਚੋ ਕਲਾਂ ਵਾਲਾ ਕਹਿੰਦੇ ਬਲੈਕੀ ਹੈ ਜਿਹੜਾ ਤਿਆਰ ਹੈ ਗਬਰੂ ਪੈਦੀ ਬਾਲ ਦੇ ਉਧਰਲੇ ਪਾਸੇ ਰੋਟੀ ਕਮਾਲ ਹੈ ਮੇਰੇ ਵੀਰੋ ਰੋਟੀ ਪਿੰਡ ਦਾ ਕਹਿੰਦੇ ਖੁਸ਼ਾ ਇਸ ਵੇਲੇ ਬੜੀ ਸੋਹਣੀ ਫੀਲਿੰਗ ਕਰਦਾ ਹੋਇਆ ਹੈ ਖੇਡ ਗਰਾਊਂਡ ਦੇ ਅੰਦਰ ਹੈਂਡ ਬੜੇ ਤਗੜੇ ਖੇਡੇ ਆ ਰਹੇ ਨੇ ਧਰਤੀ ਹੈ ਕਹਿੰਦੇ ਸਾਧਾ ਵਾਲੇ ਪਿੰਡ ਦੀ ਇੱਥੇ ਮੇਰੇ ਵੀਰੋ ਰੌਣਕਾਂ ਤੇ ਬਹਾਰਾ ਨੇ ਜਿਹੜੇ ਫਰੀਦਕੋਟ ਦਾ ਨਗਰ ਹੈ ਤੇ ਟਾਊਨ ਦੇ ਮੇਰੇ ਵੀਰੋ ਜਿਹੜੇ ਮੁਕਾਬਲੇ ਖੇਡੇ ਆ ਰਹੇ ਨੇ ਆਮ ਸਾਹਮਣੇ ਬਾਲਾਂ ਪੈਂਦੀਆਂ ਨੇ ਰੱਜ ਵਾਲੀ ਅਰਸ਼ ਮੇਰੇ ਵੀਰੋ ਤਿਆਰ ਹੈ ਨਵੀਂ ਚਮਕਾਰ ਹੋਈ ਕਰਦੇ ਗੱਲ ਮੁੰਡੇ ਹੋ ਸਾਹਮਣੇ ਰੱਜ ਵਾਲੇ ਅਰਸ਼ ਬੋਲ ਪਾ ਰਿਹਾ ਹੈ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਨਹੀਂ ਭਾਈ ਕੀ ਡਿਸਪਿਊਟ ਹੈ ਉਧਰਲੇ ਪਾਸੇ ਖਿਡਾਰੀ ਜ਼ਰੂਰ ਗੌਰ ਕਰਨਾ ਮੇਰੀ ਬੇਨਤੀ ਹੈ ਭਰਾ ਬਣ ਗਈ ਬੜਾ ਵਧੀਆ ਮੁਕਾਬਲਾ ਹੈ ਦੋ ਟੀਮਾਂ ਦੇ ਦਰਮਿਆਨ ਹਰੀ ਕਹਿੰਦੇ ਤਗੜੀ ਟੱਕਰ ਹੈ ਹਰੀ ਮੇਰੇ ਭਰਾ ਜਲਦੀ ਨਾਲ ਉਧਰਲੇ ਪਾਸੇ ਕਹਿੰਦੇ ਮੁਕਾਬਲੇ ਦੀ ਸ਼ੁਰੂਆਤ ਕੋਈ ਨਾ ਬਾਈ ਦੇ ਦੇਣਗੇ ਅੰਪਾਇਰ ਨਹੀਂ ਨਹੀਂ ਉਹ ਮੰਨਦੇ ਨਹੀਂ ਨਾ ਚੌਗਾ ਮੰਨੀ ਜਾਂ ਦੇਦਾ ਸਾਹਮਣੇ ਵਾਲੇ ਅੰਪਾਇਰ ਬਾਈ ਕਰ ਗੱਲ ਮੁੰਡਿਆਂ ਦੀ ਬਹੁਤ ਸਾਹਮਣੇ ਇਸ ਲਈ ਵਿਖਦਾ ਵੀ ਅੱਛਾ ਬਹੁਤ ਬਹੁਤ ਹੀ ਐਨ ਚਾਰ ਵਾਰ ਤਿਆਰ ਹੈ ਬਹੁਤ ਤੁਹਾਡਾ ਧੰਨਵਾਦ ਕਰਾਂਗੇ ਸਾਡੇ ਚਾਲੀ ਸਿੰਘ ਜੀ ਸਰਵੇ ਸਾਹਿਬ ਤੇ ਨਾਮ ਮੇਰੇ ਵੀਰੋ ਦਾ ਸਭ ਨੂੰ ਗੈਜੀ ਸਾਡੇ ਬੜੇ ਸਨਮਾਨ ਉਮੀਦ ਨੇ ਚਾਲੀ ਸਿੰਘ ਜੀ ਸਰਵੇ ਸਾਹਿਬ ਜਿਹੜਾ ਬਣੇ ਸਟੂਡੈਂਟ ਦਾ ਪਹਿਲਾਂ ਨਹੀਂ ਮੇਰੇ ਵੀਰੋ ਦੂਜੇ ਨਾਮ ਜਿਹੜਾ ਦਿੱਤਾ ਜਾਣਾ ਹੈ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਸਾਡੇ ਸਰਪੰਚ ਸਾਹਿਬ ਜੀ ਚਰਨਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਬੁਲੇ ਹੋਏ ਨੇ ਨਾਲ ਕਹਿੰਦੇ ਗੰਗੂ ਸਾਹਿਬ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਇੱਕ ਮਿੰਟ ਭਾਈ ਅਰਸ਼ ਦੋ ਯਾਰ ਵਧੀਆ ਨੇ ਅੰਪਾਇਰ ਲਾਉਣਾ ਪਰ ਮਾਰੀ ਮਾਰੀ ਵਾਲਾ ਪੈਂਦਾ ਚੰਗੀ ਗੱਲ ਨਹੀਂ ਇੱਧਰੋਂ ਵੀ ਜ਼ਰੂਰੀ ਗੱਲਾਂ ਅਸੀਂ ਅਨਾਊਂਸ ਕਰਨੀਆਂ ਹੁੰਦੀਆਂ ਵੀਰ ਬਣ ਕੇ ਥੋੜ੍ਹੀ ਗੋਲੇ ਜ਼ਿੰਮੇਵਾਰੀ ਸਭ ਹੋਇਆ ਕਿਉਂਕਿ ਇੱਕ ਤਾਂ ਬਾਈ ਟੀਮਾਂ ਪਹਿਲਾਂ ਹੀ ਲੇਟ ਹੈ 11 ਮਿੰਟ ਆ ਫਾਈਨਲ ਤੱਕ ਤੁਸੀਂ ਆਪ ਹੀ ਹਿਸਾਬ ਲਓ ਵੀ ਕਿਵੇਂ ਹੋਣਗੇ ਸੈਂਟੀ ਢਾਬਾ ਨਹੀਂ ਆਇਆ ਪੇਜ ਲਾਈਕ ਫੋਲੋ ਵੀਰੇ ਜ਼ਰੂਰ ਕਰ ਲਓ ਸਾਰੇ ਭਰਾ ਜਿੰਨੇ ਭਰਾ ਲਾਈਵ ਦੇਖ ਰਹੇ ਬਹੁਤ ਤਾੜਾ ਮੈਚ ਲੱਗਣਾ ਵੀਰੇ ਹੁਣ ਕੀ ਫੈਸਲਾ ਕਾਰਣੀ ਠੀਕ ਹੈ ਵੀਰੇ ਨਾਲ ਸਾਹਮਣੇ ਦੇ ਪਾਸੇ ਅਰਸ਼ ਦੀਆਂ ਬਾਲਾਂ ਪੈ ਰਹੀਆਂ ਨੇ ਰਾਜਵਾਲ ਜੀ ਕਹਿੰਦੇ ਧਰਤੀ ਦਾ ਅਰਸ਼ ਮੇਰੇ ਵੀਰੋ ਕੰਮਿਆਂ ਦਾ ਅਗਲਾ ਮੈਚ ਹੈ ਰਣਜੀਤ ਸਿੰਘ ਬਲੈਕੀ ਹੈ ਹੈਗੇ ਵੀਰੇ ਸਾਰੇ ਪਲੇਅਰ ਹੀ ਹੈਗੇ ਜਿਹੜੇ ਕਹਿੰਦੇ ਬਠਿੰਡੇ ਦਾ ਮੇਰੇ ਵੀਰੋ ਖਿਡਾਰੀ ਹੈ ਜਿਹੜਾ ਕਹਿੰਦੇ ਤਿਆਰ ਹੈ ਬਾਈ ਜਗਵੀਰ ਦਾ ਵੀ ਧੰਨਵਾਦ ਹੈ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਬਣਿਆ ਹੋਇਆ ਹੈ ਪਹਿਲੀ ਬਾਲ ਤੇ ਉਹ ਪਚੋਲਾ
ਸਰਾਗਰੀ ਅੰਮਾ ਮੇਰੇ ਵੀਰੋ ਸਪੋਰਟ ਬਣ ਗਏ ਨੇ ਕਰਤਾਰ ਸ਼ੇਖ ਦੇ ਗਰਾਊਂਡ ਦਾ ਆਹ ਸਾਹਮਣੇ ਐਨ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਸਿਰਾ ਕਢਾਈ ਆਉਂਦਾ ਹੈ ਇਹ ਰਵੀਰ ਉੱਚੋ ਕਰਾਉਣ ਵਾਲਾ ਰਣਜੀਤ ਉੱਚੋ ਕਰਾਉਣ ਵਾਲਾ ਰਣਜੀਤ ਹੈ ਸਿਰੇ ਐਨ ਕਹਿੰਦੇ ਸਿਰਾ ਕਢਾਈ ਆਉਂਦਾ ਹੈ ਉਹਨਾਂ ਨੂੰ ਸਾਡੇ ਬੜੇ ਸਤਿਕਾਰ ਦੇ ਯੋਗ ਨੇ ਸਰਦਾਰ ਚਰਨਜੀਤ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਵੱਡਾ ਬਾਈ ਹੈ ਗੁੱਗੂ ਗਿੱਲ ਸਾਡੇ ਪਿੰਡ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਅਰਸ਼ਨੀ ਬੋਲ ਹੈ ਉਸ ਸਮੇਂ ਅਰਸ਼ਨੀ ਪਾਈ ਹੋਈ ਬਹੁਤ ਉੱਪਰ ਦੇਖਦਾ ਨੀ ਉੱਚੋ ਕਲਾਂ ਦਾ ਕਮਾਲ ਕਰਦਾ ਹੋਇਆ ਹੈ ਅਗਲੀ ਬਹੁਤ ਬਹੁਤ ਨਹੀਂ ਉਮਰ ਸਲਾਮਦਾ ਜੀ ਲਖਵਿੰਦਰ ਕਿੰਨੇ ਬਣ ਗਏ ਬਾਈ ਬਾਈ ਕਹਿੰਦਾ ਵੀ ਬਾਈ ਹੋ ਗਿਆ ਹੈ ਮੰਨੂ ਭਰਾ ਸਾਡਾ ਮੰਨੂ ਨੂੰ ਜ਼ਰੂਰ ਮਿਲੇ ਆ ਕੇ ਮੰਨੂ ਚਹਿਲ ਸਾਡਾ ਵੀਰ ਉਧਰਲੇ ਪਾਸੇ ਬਾਈ ਸੋਨੇ ਦੇ ਬਣ ਗਏ ਨੇ ਟੋਕਲੀ ਮੇਰੇ ਵੀਰੋ ਸਲਾਮਦੀ ਦੇ ਚੁੱਕੀ ਹੈ ਗੁਰਮੀਤ ਭਰਾ ਸਾਡਾ ਸੋਢੀ ਸਾਡੇ ਧਰਮ ਕਲੇਰ ਦਾ ਵੀ 15,000 ਦਾ ਤੇ ਨਾਲ ਸਾਡਾ ਵੀਰ ਹੈ ਗੱਗੂ ਗਿੱਲ ਭਰਾ ਦਾ ਉਸ ਭਰਾ ਦਾ ਵੀਰ 15,000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਗੁਰਮੀਤ ਸਿੰਘ ਜੀ ਸੋਢੀ ਸਾਹਿਬ ਦਾ ਜਿਹਨਾਂ ਨੇ ਸਾਡੇ ਭਰਾਵਾਂ ਦੇ ਵੱਡੇ ਮਾਣ ਸਨਮਾਨ ਦੇ ਐਲਾਨ ਹੋਏ ਹੈ ਉਸ ਸਾਹਮਣੇ ਇਸ ਵੇਲੇ ਲਿਖਦਾ ਹੈ ਕਿ ਧਰਮ ਬਾਈ ਮੁੰਡਾ ਬਹੁਤ ਬਹੁਤ ਲਈ ਤਿਆਰ ਦਾ ਤਿਆਰ ਕਹਿੰਦੇ ਕਾਲਾ ਮੇਰੇ ਵੀਰੋ ਤਿਆਰ ਦਾ ਤਿਆਰ ਹੈ ਖੇਡ ਗਵਾਲ ਅੰਦਰ ਰਾਜੋਵਾਲ ਪਿੰਡ ਹੈ ਔਰ ਕਾਲੇ ਨੇ ਕਹਿੰਦੇ ਵਾਲ ਮੇਰੇ ਵੀਰੋ ਕਰ ਰਹੀ ਹੈ ਖੇਡ ਗਵਾਲ ਦਿੰਦਾ ਤੇ ਦੂਜੇ ਪਾਸੇ ਕਹਿੰਦੇ ਅੰਬਰ ਹੈ ਦੂਜੇ ਪਾਸੇ ਫਰੀ ਇਕਬਾਲ ਮੇਰੇ ਵੀਰੋ ਜੱਗੂ ਗਵਾਲ ਮੱਲ ਕੇ ਕਰੇਟਾ ਭਰਾ ਸਾਡਾ ਜੁੜਾ ਹੈ ਜੇ ਮੇਰੇ ਨਾਲ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਜੱਗੂ ਗਵਾਲ ਮੱਲ ਕੇ ਕਰੇਟਾ ਵਾਲਾ ਯਾਰ ਪਾਣੀ ਆਵਾਜ਼ ਹੀ ਨਿਕਲਦੀ ਹੈ ਕਰੀ ਚੱਲੇ ਸ਼ੇਅਰ ਸਾਰੇ ਭਰਾ ਜੀ ਇਹਨਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਜ਼ਰੂਰ ਫੋਲੋ ਕਰ ਲਓ ਮੇਰੇ ਸਾਰੇ ਭਰਾ ਸੱਚੇ ਪਾਤਸ਼ਾਹ ਦੀ ਨਗਰ ਦੇ ਉੱਪਰ ਤੇ ਧੰਨਵਾਦ ਕਰਾਂਗਾ ਲਓ ਚੋਣ ਨਹੀਂ ਪੜਦਾ ਕਹਿੰਦੇ ਅੰਬਰ ਮੇਰੇ ਵੀਰੋ ਇਹ ਸਮੇਂ ਤਿਆਰ ਹਰ ਕਹਿੰਦੇ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਕਹਿੰਦੇ ਵੀ ਸ਼ੇਅਰ ਕਰਨ ਦੇ ਬੜੇ ਹੋਏ ਨੇ ਮੈਂ ਵੀ ਚਮਕਾਰ ਕਰ ਗੱਲ ਬੋਲਿਆ ਜੀ ਸਾਹਮਣੇ ਅੰਬਰ ਐਸੇ ਨੇ ਵੇਖਦਾ ਵੀ ਅੰਬਰ ਨੇ ਕਹਿੰਦੇ ਐਸ ਕਿਵੇਂ ਟੋਟੀ ਦਾ ਪ੍ਰਾਈਜ਼ 31,000 ਹੈ ਨਾਲੇ ਕੀ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਵੀ ਸਾਰੇ ਪ੍ਰਾਜ ਸਾਡੇ ਨਾਲ ਪੁੱਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਪੁੱਜੇ ਹੋਏ ਨਾਲ ਕਿੱਕੂ ਗਿੱਲ ਰਾਜਸਥਾਨੀ ਸ਼ੇਅਰ ਕਰੀ ਬਾਈ ਮਾੜਾ ਭਰਾ ਬਣ ਕੇ ਪੇਜ ਵੀ ਲਾਈਕ ਫੋਲੋ ਜ਼ਰੂਰ ਕਰ ਲਓ ਗੁਰਪ੍ਰਤਾਪ ਜੀ
ਪਿੱਛੇ ਡੈਡ ਹੈ, ਪਹਿਲੀ ਦੂਜੀ ਨੋ ਆ, ਜੇ ਡੈਡ ਲੈਣੀ ਤਾਂ ਵੇਖ ਲਓ ਦਵਾਰ ਨੇ। ਚਲੀ ਚਲੋ ਸ਼ੇਰ ਵੀਰ, ਜਿੰਨੇ ਭਰਾ ਲਾਈਵ ਦੇਖ ਰਹੇ ਦਿਲੋਂ ਧੰਨਵਾਦ, ਜਿਨ੍ਹਾਂ ਨੇ ਪੇਜ ਲਾਈਕ ਫੋਲੋ ਕੀਤਾ ਪੇਜ ਜ਼ਰੂਰ ਨਾ ਨਹੀਂ ਰੇ ਕਰ ਲਿਆ ਕਰ ਯਾਰ, ਕੋਈ ਗੱਲ ਨਹੀਂ ਠੀਕ ਹੈ, ਕੋਈ ਤੁਸੀਂ ਵਾਰੀ ਲੈਣੀ ਤੁਹਾਡੇ ਵਾਰੀ ਇਹੀ ਕੁਛ ਹੋਈ ਹੋਊਗਾ। ਹਾਂ ਸ਼ੇਅਰ ਕਰੀ ਚਲੋ ਵੀਰੇ, ਸਾਰੇ ਭਰਾ ਵੀਰੇ ਜਿੰਨੇ ਭਰਾ ਲਾਈਵ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਵੀਰੇ, ਜਿੰਨੇ ਭਰਾ ਫੇਸਬੁੱਕ ਤੇ ਵੇਖ ਰਹੇ ਵੀਰੇ, ਉਹਨੇ ਯੂਟਿਊਬ ਤੇ ਲਾਈਵ ਵੇਖੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਪੇਜ ਲਾਈਕ ਫੋਲੋ ਵੀ ਜ਼ਰੂਰ ਕਰੋ। ਬਹੁਤ ਬੜਾ ਧੰਨਵਾਦ ਕਰਾਂਗਾ ਸਾਰੇ ਵੀਰ ਦੇ, ਕਮਿਆਂ ਦੀ ਟੀਮ ਵੀ ਕਹਿੰਦੇ ਪੁੱਛੀ ਹੈ ਤੇ ਧੰਨਵਾਦ ਕਰਾਂਗੇ ਆਪਾਂ ਕਮਿਆਂ ਨੇ ਮਹਿਮਾਨਾਂ ਜੀ, ਢਿਲਵਾ ਕਰਕੇ ਕਮਿਆਂ ਨੇ ਵਾਸਤਵ ਜੀ ਢਿਲਵਾ ਤੇ ਕਮਿਆਂ ਦਾ ਹੈ ਇਸ ਤਰ੍ਹਾਂ ਹੈ, ਇਹ ਵੀ ਚਮਕੌਰ ਵੀ ਖੇਡੇ ਜਾਣਾ ਹੈ ਸਾਰੀ ਦੇ ਪਿਆਰ ਦੇ, ਆਹ ਮੁੰਡਾ ਕਹਿੰਦੇ ਭੁੱਛ ਵਾਲਾ ਰਣਜੀਤ ਸਿੰਘ ਮੇਰੇ ਵੀਰੋ ਪਿਆਰ ਪਿਆਰ ਹੈ ਖੇਡ ਗਰਾਊਂਡ ਦੇ ਅੰਦਰ, ਹਾਲ ਕਹਿੰਦੇ ਗੁਰਨਾਮ ਵੀ ਪੈ ਗਈ ਹੈ ਆਹ
ਖਿਆਰੀ ਜਿਹੜੇ ਤਿਆਰ ਹੈ ਖੇਡ ਮੈਦਾਨ ਅੰਦਰ ਉਧਰ ਗੈਰੀ ਸ਼ਿਕੂਰ ਵਾਲਾ ਜਿਹੜਾ ਹੈ ਮੇਲੇ ਦੇ ਨਾਲ ਸਾਰੇ ਵੀਰਾਂ ਨੇ ਕਹਿੰਦੇ ਧੰਨਵਾਦ ਕਰਾਂਗੇ ਮੈਂ ਸਰੇ ਦਾ ਟੱਕਰ ਕਹਿੰਦੇ ਟਿਕਾਣੇ ਦੀ ਨਾਲ ਪੈਂਦੀ ਹੈ ਮੈਦਾਨ ਅੰਦਰ ਅੰਬਰ ਤੇ ਨਾਲ ਕਹਿੰਦੇ ਬਲੈਕੀ ਖੜੇ ਆਏ ਲੈਵੀ ਚੌਕਾਰ ਐਨ ਫਰੀ ਘੱਟ ਖੇਡੇ ਜਾ ਰਹੇ ਨੇ ਐਨ ਕਹਿੰਦੇ ਚੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਹੈ ਉਹਦਾ ਰਣਜੀਤ ਹੈ ਕੁੱਤੋ ਕਰਾਵਾ ਅਗਲਾ ਮੈਚ ਵੀਰੇ ਗੱਗੂ ਰਾਮਪੁਰੇ ਦਾ ਅਗਲਾ ਮੈਚ ਆਵੇ ਦੂਸਰਾ ਛੱਕਾ ਰਾਤਾ ਮਿਲੇ ਨੇ ਮੈਂ ਕਿਹੜੇ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਅਗਲੀਆਂ ਦੋਨੋਂ ਬੇਨਤੀ ਹੈ ਕੰਮਿਆਂ ਤੇ ਢਿੱਲਾ ਦੋਨੋਂ ਜਿਹੜੀਆਂ ਚਾਰ ਬਰਕਰਾਰ ਰਹਿਣਗੀਆਂ ਉਧਰਲੇ ਪਾਸੇ ਧਰਤੀ ਤੇ ਵੀਰਾ ਸਾਡਾ ਕਹਿੰਦੇ ਸੋਨਾ ਮੇਰੇ ਵੀਰੋ ਸਾਡਾ ਵਾਲੀਆ ਸੋਨਾ ਹੈ ਉਹ ਵੀ ਕਹਿੰਦੇ ਇੰਗਲੈਂਡ ਤੋਂ ਸਿੱਧੀਆਂ ਬੈਠਾ ਅੱਜ ਦੇ ਵੱਡੇ ਮੇਲੇ ਨਾਲ ਲੈਵੀ ਚਮਕਾਰ ਕ੍ਰਿਕਟ ਦਾ ਬੜਾ ਵਧੀਆ ਖਿਡਾਰੀ ਹੈ ਵੀਰਾ ਸਾਡਾ ਕਹਿੰਦੇ ਸੋਨਾ ਸਾਡਾ ਵਾਲੀਆ ਖੜਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੂਕੇ ਦੇ ਵਿੱਚ ਦੱਸਦਾ ਵੀ ਸੋਨਾ ਸਾਡਾ ਵਾਲੇ ਪਿੰਡ ਤੋਂ ਲੈਵ ਮੈਚਾਂ ਦਾ ਆਨੰਦ ਮਾਣਦਾ ਹੈ ਉਸ ਭਰਾ ਦਾ ਵੀ ਬਹੁਤ ਬੜਾ ਧੰਨਵਾਦ ਕਰਦੇ ਹੈ ਕਾਲੇ ਦੀ ਪੈ ਰਹੀ ਹੈ ਰਾਜਵਾਲ ਪਿੰਡ ਮੇਰੇ ਵੀ ਉਪਾਲਿਆ ਤੇ ਕਾਲਾ ਕਹਿੰਦੇ ਬਾਲਾ ਪਾ ਰਿਹਾ ਹੈ ਹਰ ਖਿਡਾਰੀ ਕਹਿੰਦੇ ਤਿਆਰ ਹੈ ਭਾਈ ਰੁਪਿਆ ਦਾ ਵੀ ਨਾਂ ਚੱਲਦਾ ਹੈ ਸਿੱਕਾ ਚੱਲਦਾ ਮੇਰੇ ਵੀਰੋ ਇਹਨਾਂ ਮੈਦਾਨਾਂ ਦੇ ਅੰਦਰ ਮਾਰਤੀ ਕਾਲੇ ਨੇ ਥਾਪੀ ਵੀਰੇ ਪੜ ਕੇ ਬੜੀ ਤਕੜੀ ਕਹਿੰਦੇ ਕਰ ਦਿੱਤੀ ਹੈ ਇਹਨਾਂ ਸਾਧਾਂ ਦੇ ਪਿੰਡ ਦਾ ਉਹਨਾਂ ਕਹਿੰਦੇ ਭਾਰੇ ਉੱਡਦੇ ਹੈ ਤੇ ਪ੍ਰੀ ਕਟਰ ਮੇਰੇ ਵੀਰ ਬੈਠ ਜਿਹੜੇ ਖੇਡੇ ਜਾ ਰਹੇ ਨੇ ਸਾਹਮਣੇ ਕਾਲੇ ਨੇ ਕਹਿੰਦੇ ਅੰਬਰ ਨੂੰ ਮੋੜ ਦਿੱਤਾ ਹੈ ਬੜਾ ਵਧੀਆ ਮੁਕਾਬਲਾ ਖੇਡੇ ਜਾ ਰਹੇ ਹੈ ਉਸ ਸਮੇਂ ਵਿਖਰੇ ਵੈਸੇ ਨੇ ਕਾਲੇ ਨੇ ਕਹਿੰਦੇ ਅੰਬਰ ਨੂੰ ਤੋੜ ਦਿੱਤਾ ਚੌਣ ਵਾਲੀ ਨੂੰ ਆ ਵੀ ਹਿੰਦੇ ਭਰ ਗਿਆ ਮੇਰਾ ਭਰਾ ਆ ਕਹਿੰਦੇ ਕਿੰਦਾ ਆ ਗਿਆ ਮੇਰੇ ਵੀਰੋ ਚੌਣ ਦੀ ਧਰਤੀ ਦਾ ਕਿੰਦਾ ਆ ਗਿਆ ਨਾਲੇ ਕਾਲੇ ਦੀਆਂ ਬਾਲਾਂ ਪੈ ਗਈਆਂ ਨੇ ਹਰ ਰਾਜਵਾਲ ਪਿੰਡ ਆਇਆ ਹਰੀ ਦਾ ਪਿੰਡ ਆ ਭਰਾ ਸਾਡੇ ਦਾ ਗੋਲਡੀ ਕਹਿੰਦੇ ਕਨੇਡਾ ਦਾ ਪਿੰਡ ਆਇਆ ਵੱਡੇ ਚਾਚੇ ਹੁੰਦੇ ਆ ਨਾ ਕਾਲਾ ਮੇਰੇ ਵੀਰੋ ਫਿਰ ਕਹਿੰਦੇ ਤਿਆਰ ਹੈ ਦੂਸਰੀ ਬਾਲ ਤੇ ਦੂਸਰੀ ਵਿਕਟ ਹੈ ਸਾਹਮਣੇ ਨਿਕਲੇ ਕਾਲਾ ਰੱਖ ਵਾਲੀਆ ਦੂਸਰੀ ਬਾਲ ਤੇ ਦੂਸਰੀ ਵਿਕਟ ਹੈ ਐਨ ਕਹਿੰਦੇ ਕਾਲਾ ਕਮਾਲ ਖੇਡੀ ਜਾਂਦਾ ਹੈ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਔਰ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਕੰਮਿਆਂ ਹੋਲੀ ਕਹਿੰਦੇ ਹੋਲੀ ਨੇ
ਅੱਜ ਵਧੀਆ ਮਾਰ ਕੇ ਕਹਿੰਦੇ ਹੋਲੀ ਦੇ ਤਿਉਹਾਰ ਦੀਆਂ ਸਾਰੇ ਵੀਰਾਂ ਨੂੰ ਆਓ ਸਭ ਨੇ ਪੁੱਛੋ ਲੈ ਕਹਿੰਦੇ ਲੈਕੀ ਮੇਰੇ ਵੀਰੋ ਤਿਆਰ ਹੈ ਫਿਰ ਗਾਉਣ ਦਿੰਦਾ ਨਾਲੀ ਢਿਲਵਾਲੀ ਵਾਲੇ ਦੱਸਣਗੇ ਕਿ ਫਿਲਵਾਲੀ ਢਿਲਵਾ ਤੇ ਕੰਮਿਆਂ ਦਾ ਇਸ ਤੋਂ ਪਹਿਲਾਂ ਕਹਿੰਦੇ ਫਿਰ ਮੁਕਾਬਲਾ ਖੇਡਿਆ ਜਾਵੇਗਾ ਫਿਰ ਗਾਉਣ ਦਿੰਦਾ ਨਾਲੀ ਕਹਿੰਦੇ ਤਿਆਰ ਨੇ ਹਾਲਾਂ ਕਹਿੰਦੇ ਕਾਲੇ ਦੀਆਂ ਪੈਰੀਆਂ ਨੇ ਮੇਰੇ ਮਿੱਤਰੋ ਫਿਰ ਗਾਉਣ ਦਿੰਦਾ ਖਬਰੂ ਤਿਆਰ ਨੇ ਬੇਨਤੀ ਹੈ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿ ਕਾਹਦਾ ਉਹ ਭਾਈ ਜੋ ਇੱਜ਼ਤ ਤੱਕੇ ਭਾਈ ਦੀ ਜਿਹੜਾ ਕਦਰ ਨਹੀਂ ਕਰਦਾ ਯਾਰ ਉਹ ਪੱਕ ਬਚਾਈ ਦੀ ਇਹੋ ਜਿਹੇ ਬੰਦੇ ਨੂੰ ਦੁਨੀਆਂ ਦਿਖਾਉਂਦੀ ਹੈ ਚਮਕੌਰ ਟਹਿਣਿਆ ਮਰਜੂ ਜਾ ਮਾਰੂ ਜਿਹਦੀ ਅਣਖ ਜਾਂਦੀ ਹੈ ਚਮਕੌਰ ਟਹਿਣਿਆ ਮਰਜੂ ਜਾ ਮਾਰੂ ਜਿਹਦੀ ਅਣਖ ਜਾਂਦੀ ਹੈ ਐਨਕੇ ਚੋਟੀ ਦਾ ਮੁਕਾਬਲਾ ਤੇ ਧਰਮਾ ਵੀਰ ਜੀ ਕਰਦਾ ਹੋਇਆ ਨਾਮ ਸਾਹਮਣੇ ਮੁਕਾਬਲਾ ਕਹਿੰਦੇ ਸ੍ਰੀ ਰਾਮ ਔਰ ਕਹਿੰਦੇ ਕਾਲੇ ਦੀਆਂ ਮੇਰੇ ਵੀ ਗੱਲਾਂ ਪੈ ਰਹੀਆਂ ਨੇ ਫਿਰ ਮੈਦਾਨ ਕਹਿੰਦਾ ਗਬਰੂ ਕਹਿੰਦੇ ਤਿਆਰ ਹੈ ਔਰ ਕਹਿੰਦੇ ਰਾਜਵਾਲ ਪਿੰਡ ਹੈ ਕਾਲੇ ਦਾ ਕਾਲਾ ਮੇਰੇ ਵੀ ਬੰਦੇ ਹੋਇਆ ਹੈ ਆਪ ਪੁੱਛੋ ਵਾਲਾ ਕਹਿੰਦੇ ਬਲੱਗੀ ਆਏ ਇਹਨੇ ਬੱਲੇ ਬੱਲੇ ਮੇਰੇ ਵੀਰੋ ਆਹ ਮੈਦਾਨ ਕਹਿੰਦੇ ਕਰਵਾਈ ਹੈ ਰਣਜੀਤ ਸਿੰਘ ਬਲੈਕੀ ਪੁੱਛੋ ਵਾਲਾ ਮੇਰੇ ਵੀਰੋ ਸਿਰੇ ਦੀ ਕਹਿੰਦੇ ਫਿਰ ਖੇਡਦਾ ਆਏ ਹਰੇ ਤੇਰੇ ਪਾਸੇ ਕਰਦੀ ਕਮਾਲ ਬਾਈ ਸਕੋਰ ਕਰਾਂਗੇ ਸਾਡੇ ਉਧਰ ਪਹਿਲੀ ਇਨਿੰਗ ਸਮਾਪਤ ਹੋ ਗਈ ਹੈ ਪਹਿਲੀ ਕਮਾਲ ਜਿਹੜਾ ਟਾਰਗੇਟ ਕਰਾਂਗੇ ਸਾਂਝਾ ਵੀ ਕਿੰਨੇ ਸਕੋਰ ਕਰਾਉਣੇ ਹੈ ਰਾਜਵਾਲ ਦੀ ਟੀਮ ਦੇ ਰਾਜਵਾਲ ਤੇ ਜੋਨ ਦਾ ਮੈਚ ਹੈ ਬੜਾ ਵਧੀਆ ਮੁਕਾਬਲਾ ਹੈ ਮੇਰੇ ਵੀਰੋ ਚੌਹੱਤਰ ਰਨ ਦਾ ਟਾਰਗੇਟ ਹੈ ਜੀ ਚੌਹੱਤਰ ਸਕੋਰ ਦਾ ਟਾਰਗੇਟ ਹੈ ਮੈਂ ਵੀ ਚਮਕੌਰ ਬਾਈ ਅੱਜ ਕਹਿੰਦੇ ਬੜਾ ਧਾਕਾ ਵਾਲਾ ਦਿਨ ਕਿਹੜਿਆ ਹੈ ਬੜੇ ਮੇਰੇ ਵੀਰੋ ਕਰਨ ਵਾਲਾ ਦਿਨ ਕਿਹੜਿਆ ਹੈ ਹੋਲੀ ਦਾ ਤਿਉਹਾਰ ਹੈ ਹਰ ਇੱਕ ਭਰਾ ਨੂੰ ਖੁਸ਼ੀ ਹੈ ਹਰ ਇੱਕ ਨੂੰ ਕਹਿੰਦੇ ਚਾਓ ਹੁੰਦਾ ਮੇਰੇ ਵੀਰੋ ਇਹ ਸਾਰਿਆਂ ਨੂੰ ਕਹਿੰਦੇ ਵੱਡੀ ਮੁਬਾਰਕਬਾਦ ਹੈ ਵੀ ਕਿਹਦੇ ਹੱਥ ਆਈ ਤੇਰੀ ਟੁੱਟੀ ਹੋਈ ਡੋਰ ਨੀ ਸਾਡੇ ਪੱਲੇ ਹੰਝੂ ਤੇਰੇ ਹਾਸੇ ਕਹਿੰਦੇ ਹੋਰ ਨੀ ਭਾਈ ਵਗਦੀ ਗਮਾਂ ਦੀ ਹਨੇਰੀ ਵੀ ਸਾਡੇ ਵਾਲੀ ਰੰਗ ਮੰਗਿਆ ਹੋਲੀ ਗਹਿਰਾਂ ਨਾਲ ਖੇਡੀ ਤੂੰ ਬਥੇਰੀ ਵੀ ਸਾਡੇ ਵਾਲੀ ਰੰਗ ਮੰਗਿਆ ਹੋਲੀ ਗਹਿਰਾਂ ਨਾਲ ਖੇਡੀ ਤੂੰ ਬਥੇਰੀ ਆਖਿਆ ਧਰਮ ਕਲੇਰ ਵੀ ਕਿਤੇ ਗੱਲਾਂ ਟਿਕਾਣੇ ਲਾਏ ਹੁੰਦਾ ਵੱਡਾ ਵੀਰ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀਨੀਅਰ ਬਣਾ ਹੈ ਕਬੱਡੀ ਦਾ ਵੀ ਔਰ ਕ੍ਰਿਕਟ ਦੇ ਵਿੱਚ ਵੀ ਕਿਤੇ ਭਰਾ ਦਾ ਸਿੱਖਿਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਹੈ ਭਰਾ ਜਿੱਥੇ ਮਿਲਦਾ ਹੈ ਬੜਾ ਮਾਣ ਬੜਾ ਪਿਆਰ ਹੈ ਬੜਾ ਅਦਭੁਤ ਸਤਿਕਾਰ ਬਖਸ਼ਿਆ ਹੈ ਧਰਮ ਕਲੇਰ ਦਾ ਵੀ ਕਿਤੇ ਨਾਮ ਵੱਡਾ ਹੈ ਬਸ ਸਾਹਮਣੇ ਦੋਨਾਂ ਟੀਮਾਂ ਨੂੰ ਬੇਨਤੀ ਹੈ ਕੰਮਿਆਂ ਨਾਲ ਅਤੇ ਢਿਲਵਾ ਇਸ ਤੋਂ ਬਾਅਦ ਟੀਮਾਂ ਜਿਹੜੀਆਂ ਤਿਆਰ ਨੇ ਕੰਮਿਆਂ ਅਤੇ ਢਿਲਵਾ ਦਾ ਮੈਂ ਮੈਚ ਹੋਣਾ ਮੇਰੇ ਵੀਰੋ ਭਾਈ ਜੀ ਫੇਰੇ ਵਾਲੀ ਮੇਰੀ ਬੇਨਤੀ ਹੈ ਜਾਣ ਵਾਲੇ ਦੀ ਟੀਮ ਫੇਰੇ ਦਾ ਹਰਨ ਜਾਣ ਵਾਲੇ ਪਿੰਡ ਦੇ ਮੁੰਡੇ ਤੇ ਝੋਕਰ ਦਾ ਟਾਰਗੇਟ ਹੈ ਆਹ ਆ ਗਿਆ ਕਹਿੰਦੇ ਕਾਈਆਂ ਦੋਤੇ ਦੀ ਕਹਿੰਦੇ ਧਰਤੀ ਦਾ ਖੁਸ਼ਾ ਫਿਰ ਮੈਦਾਨ ਲੱਗਦਾ ਰਾਣੀ ਕਹਿੰਦੇ ਤਿਆਰ ਹੈ ਤੇ ਨਾਲ ਮੈਨੂੰ ਲੱਗਦਾ ਨਿਆਜ ਜੀ ਆ ਗਿਆ ਮੇਰੇ ਵੀਰੋ ਮੁੰਡਾ ਕਹਿੰਦੇ ਚੁੱਪ ਕੀਤੀ ਵਾਲਾ ਹੈ ਫਿਰ ਮੈਦਾਨ ਲੱਗਦਾ ਵੱਡੇ ਵੱਡੇ ਖਿਡਾਰੀ ਕਹਿੰਦੇ ਬੋਲੀਏ ਨੇ ਪਰ ਗੱਭੂ ਕਹਿ ਲਾਇਆ ਕਹਿੰਦੇ ਹਰ ਚਾਚੇ ਵੱਡੇ ਕਰਵਾਉਂਦਾ ਹੈ ਅੱਜ ਠੇਕੇਦਾਰ ਵੀ ਬੋਲਿਆ ਆਇਆ ਸਰਦਾਰ ਵਰਦੀ ਕਹਿੰਦੇ ਧਰਤੀ ਦਾ ਵੱਡੇ ਵੱਡੇ ਖਿਡਾਰੀ ਆਏ ਹੋਏ ਨੇ ਮੇਲਾ ਕਹਿੰਦੇ
ਸਾਧਾ ਵਾਲੇ ਪਿੰਡ ਦੇ ਵਿੱਚ ਖੇਡਣ ਆ ਰਿਹਾ ਹੈ। ਕ੍ਰਿਕਟ ਦੀਆਂ ਕਹਿੰਦੇ ਟਾਪਰ ਟੀਮਾਂ ਨੇ, ਕੋਈ ਟ੍ਰੈਕਟਰ ਦਾ ਹੀ ਇੱਥੂ, ਕੋਈ ਗੱਡੀ ਦਾ ਹੀ ਇੱਥੂ, ਕੋਈ ਫਿਲਟ ਦਾ ਹੀ ਇੱਥੂ ਮੇਰੇ ਵੀਰੋ, ਅਤੇ ਕੋਈ ਕਹਿੰਦੇ ਲੰਡੀ ਜੀ ਦਾ ਹੈ ਵੀ ਜੇਤੂ ਆਇਆ, ਅਤੇ ਕੋਈ ਘੋੜਿਆਂ ਦਾ ਜੇਤੂ ਆਇਆ ਹੋਇਆ ਤਾਂ ਸਾਧਾ ਦੇ ਵਿੱਚ ਹੈ ਵੀ ਚਮਕਾਰ ਪਾਈ ਕਰਦੇ ਗੱਲ ਮੁੰਡਿਆਂ ਦੀ ਆਓ ਸਾਹਮਣੇ ਐਸਰੇ ਵੇਖਣਾ ਵੀ ਬੜਾ ਵਧੀਆ ਪ੍ਰੋਗਰਾਮ ਹੈ। ਹਾਂਜੀ ਰਾਸਤਾ ਨਹੀਂ ਕੀਤਾ ਸ਼ੇਰ ਦੋਨਾਂ ਟੀਮਾਂ ਦੇ ਦਰਮਿਆਨ ਐਨਕਾਂ ਦੀ ਚੋਟੀ ਚੁੱਟੀ ਦੇ ਮੁਕਾਬਲੇ ਰਾਜਾ ਦੀ ਟੀਮ ਜਿਹੜੀ ਬੈਰਕ ਤੇ ਆ ਗਈ ਹੈ ਦੋਨਾਂ ਟੀਮਾਂ ਦੇ ਦਰਮਿਆਨ ਐਨਕਾਂ ਦੀ ਚੋਟੀ ਦਾ ਮੁਕਾਬਲਾ 74 ਰਨਾਂ ਦਾ ਜਿਹੜਾ ਟਾਰਗੇਟ ਹੈ ਲੈ ਵੀ ਮੁਕਾਬਲਾ ਜਲਦੀ ਦਾ ਸਟਾਰਟ ਕਰ ਲਈਏ ਅੰਬਰ ਬਹੁਤ ਜ਼ੋਰਦਾਰ ਅੰਬਰ ਐਸਰੇ ਹੋਰ ਬਾਲ ਦੇ ਐਨ ਤਿਆਰ ਦਾ ਤਿਆਰ ਹੈ ਬੜੇ ਵਧੀਆ ਮੁਕਾਬਲੇ ਖੇਡੇ ਜਾ ਰਹੇ ਹੈ ਖਾਸ ਕ੍ਰਿਕਟ ਦਾ ਵੱਡਾ ਜਿਹੜਾ ਟੂਰਨਾਮੈਂਟ ਖੇਡਿਆ ਜਾ ਰਿਹਾ ਸਾਧਾ ਵਾਲੇ ਦੀ ਧਰਤੀ ਜਿਹੜੇ ਫਰੀਦਕੋਟ ਦਾ ਮਾਰ ਮੱਤਾ ਪਿੰਡ ਹੈ ਕਿ ਫਰੀਦਾ ਖਾਕ ਨਾ ਲੱਤੀਏ ਹਰ ਕੋਈ ਜੇਲ ਨਾ ਕੋਏ ਜੀਮ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਜੀਮ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਬਾਬਾ ਫਰੀਦ ਦੀ ਪਾਵਨ ਪਵਿੱਤਰ ਧਰਤੀ ਹੈ ਲਈ ਹੋਰ ਬਾਲ ਲਈ ਅੰਬਰ ਤਿਆਰ ਦਾ ਤਿਆਰ ਹੈ ਮੁਕਾਬਲਾ ਬੜਾ ਚੋਟੀ ਦਾ ਹੈ ਦੋਨੇ ਟੀਮਾਂ ਦੇ ਦਰਮਿਆਨ ਭਾਈ ਗੁਰਮੀਤ ਸਿੰਘ ਦਾ ਵੀ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਗੱਲ ਸਾਹਿਬ ਦੀ ਗੰਭੂ ਗੱਲ ਕਹਿੰਦੇ ਆਏ ਹੋਏ ਨੇ ਅਤੇ ਨਾਲ ਸਾਡੇ ਬਹੁਤ ਹੀ ਸਰਕਾਰੇ ਹੋਏ ਸਾਡੇ ਸਰਪੰਚ ਸਾਹਿਬ ਬਹੁਤ ਸਾਰਾ ਮਾਣ ਮੇਰੇ ਲਈ ਔਰ ਬਾਈ ਚਮਕਾਰ ਕਹਿਣੇ ਲਈ ਬੋਲਾਂ ਨੇ ਕਹਿੰਦੇ ਬਹੁਤ ਸਾਰਾ ਮਾਣ ਭਰਾਵਾਂ ਵਜੋਂ ਕੀਤਾ ਗਿਆ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਔਰ ਸਾਡੇ ਬੜੇ ਸਰਕਾਰੇ ਹੋਏ ਨੇ ਇਨਾਮਾਂ ਦੀ ਵਾਟ ਵੀ ਕਹਿੰਦੇ ਸਾਡੇ ਕਮਾਂਡਰ ਮੇਰੇ ਵੀਰੋ ਕਿਹੜੀ ਕੀਤੀ ਜਾਵੇਗੀ ਕਿਹੜੀ ਟੀਮ ਫਾਸਟ ਆ ਅਤੇ ਕਿਹੜੀ ਟੀਮ ਸੈਕਟ ਰਹੇਗੀ ਗੱਲਾਂ ਟਕਾਲੇ ਲੱਗ ਰਹੀਆਂ ਮੋਟਰਸਾਈਕਲ ਕਹਿੰਦੇ ਮਾਨ ਸਨਮਾਨ ਦੇ ਵਿੱਚ ਮਿਲਿਆ ਜਿਹਨੇ ਮਾਲ ਪਾਉਣੀ ਹੈ ਇਹਨੇ 10 ਮੋਟਰਸਾਈਕਲ ਇੱਕ ਮਨੁੱਖੀ ਗੱਡੀ ਦਿੱਤੀ ਹੈ ਅੰਬਰ ਹੈ ਮੇਰੇ ਵੀਰੋ ਜਾਣ ਆਉਂਦੀ ਕਹਿੰਦੇ ਧਰਤੀ ਦਾ ਪਰ ਪਹਿਲੀ ਵਾਰ ਜਿਹੜੀ ਵਾਈਟ ਹੋ ਗਈ ਹੈ ਮੋਟਰਸਾਈਕਲ ਦਾ ਜੇਤੂ ਲਾ ਸ਼ੱਕਾ ਐਨ ਕਿਤੇ ਬੱਲੇ ਬੱਲੇ ਕਰਾ ਗਿਆ ਮੁੰਡੇ ਨੇ ਸ਼ੱਕਾ ਲਾਤਾ ਪਹਿਲੀ ਵਾਰ ਜਿਹੜੀ ਬੈਠ ਹੋਈ ਹੈ ਦੇਖਦੇ ਵੀ ਪਹਿਲੀ ਵਾਰ ਤੇ ਮੁੰਡੇ ਨੇ ਸ਼ੱਕਾ ਲਾਤਾ ਹੈ ਉਸ ਸਮੇਂ ਵੇਖਦਾ ਵੀ ਇਸਨੇ ਰਾਜੋੜੀਆ ਬੱਲੇ ਬੱਲੇ ਕਰਾ ਗਿਆ ਲਵੀ ਬਾਈ ਬਹੁਤ ਬਹੁਤ ਲਈ ਅੰਬਰ ਤਿਆਰ ਦਾ ਤਿਆਰ ਹੈ ਵੀ ਕਰ ਸਕ ਮੁੰਡੇ ਆਓ ਸਾਹਮਣੇ ਕਹਿੰਦੇ ਦੋਤੇ ਵਾਲਾ ਮੇਰੇ ਵੀਰੋ ਤਿਆਰ ਹੈ ਨੌਜਵਾਨ ਜਦੋਂ ਚਲੀਏ ਨਾ ਮੁਕਤਸਰ ਤੋਂ ਖੇਡੇ ਨੂੰ ਪਿੰਡ ਨਿਊਜ਼ੀਲੈਂਡ ਵਾਲਾ ਕਹਿੰਦੇ ਬੈਠਾ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਹੀ ਬਣਾਈ ਕਹਿੰਦੇ ਟੀਮ ਮੇਰੇ ਨੂੰ ਖੇਡ ਰਹੀ ਹੈ ਅਤੇ ਮੈਂ ਬੜਾ ਜਿਹੜਾ ਤਕੜਾ ਖੇਡਿਆ ਜਾ ਰਿਹਾ ਹੈ ਦੋਨੇ ਟੀਮਾਂ ਦੇ ਦੌਰਾਨ ਅਗਲਾ ਮੈਚ ਕੰਮੇ ਆਉਣਾ
ਤੇ ਮੇਰੇ ਵੀਰ ਧੰਨਵਾਦ। ਇਹ ਟੀਮਾਂ ਕਰੇ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ ਜਿਹੜਾ ਟਿਕਾਣੇ ਹੋਣੀ ਹੈ ਇਸੇ ਮੁਕਾਬਲਾ ਖੇਡਿਆ ਜਾ ਰਿਹਾ ਸਾਹਮਣੇ ਇਹ ਜਿਹੜੇ ਇਸੇ
ਕੀ ਦ੍ਰਿਸ਼ ਹੋਇਆ ਹੈ। ਨਾਲ ਸਾਹਮਣੇ ਦੂਜੇ ਪਾਸੇ ਬਾਲ ਬਹਾਦਰੀ ਖਿਡਾਰੀ ਕਹਿੰਦੇ ਫੇਰ ਚਾਰ ਬੰਦਾ ਮੇਰੇ ਵੀਰੋ ਆ ਕਹਿੰਦੇ ਅਰਸ਼ਲ ਸਰ ਵਾਲੇ ਪਿੰਡ ਦਾ ਅੱਜ ਕਹਿੰਦੇ ਵੀਰ ਸਾਡਾ ਵੱਡਾ ਆਇਆ ਹੈ ਬਾਹਰ ਕਹਿੰਦੇ ਸਾਡੀ ਜ਼ਿੰਦਗੀ ਦਾ ਨਾਲ ਮਨੂ ਵਰਗੇ ਭਰਾ ਨਾਲ ਕਹਿੰਦੇ ਛੇਤੇ ਵਰਗੇ ਵੀਰ ਦੇ ਚਾਚੇ ਵੱਡੇ ਹੁੰਦੇ ਹੈ ਨਾਲ ਪਹਿਲੀ ਖਿਡਾਰੀ ਚਾਰ ਹੈ ਉਧਰਲੇ ਪਾਸੇ ਅਰਸ਼ ਨੇ ਮੇਰੇ ਵੀਰੋ ਟਰਾਈ ਕੀਤੀ ਹੈ ਸਗੋਰ ਵਿਟਕੇ ਦੀ ਪਿੰਡਾਂ ਚਮਕੌਰ ਮੇਰੀ ਚਾਰ ਹੈਗੇ ਇਸ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ ਲਿਖਦੇ ਹੈ ਕਿ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾਮ ਦੀ ਹਰ ਫਲ ਰਹੀ ਤਰੀਕ ਸਮੇਂ ਖਸਾਈ ਕਰਨੀ ਖਿਡਾਰੀ ਵੀਰਾਂ ਨੇ ਬੇਨਤੀ ਹੈ ਕਿ ਸਮੇਂ ਦੀ ਜ਼ਰੂਰ ਕਦਰ ਕਰਿਆ ਕਰੋ ਕਿਉਂਕਿ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਧਰਮੇ ਬਾਈ ਜਿਹੜੇ ਸਾਡੇ ਜਗਿਆਸੂ ਲੋਕ ਲਿਖਦੇ ਹੈ ਕਿ ਜਿਹੜਾ ਬੰਦਾ ਸਮਾਂ ਮਿਸ ਕਰਦਾ ਹੈ ਉਹ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਸਮੇਂ ਨੂੰ ਮਿਸ ਨਹੀਂ ਕਰਨਾ ਚਾਹੀਦਾ ਜੀ ਦਲਜੀਤ ਸਿੰਘ ਜੀ ਮੈਂਬਰ ਅਮਰਜੀਤ ਸਿੰਘ ਜੀ ਸਾਹਿਬ ਸੂਬੇ ਚ ਤੇ ਨਾਲ ਹੀ ਖਾਣਾ ਸਿੰਘ ਜੀ ਕੌਰ ਸਿੰਘ ਜੀ ਬੈਦ ਸਿੰਘ ਗੁਰਬਖਸ਼ ਸਿੰਘ ਜੀ ਗੁਰਚਾਰਜ ਮੈਂਬਰ ਜੀਤ ਤੇ ਦਲੀਪ ਕੇਰ ਸਿੰਘ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਬੜੇ ਇੰਸਪੈਕਟਰ ਜਿਹੜੇ ਨੇ ਮੇਰੇ ਵੀਰੋ ਭੁੱਚੋ ਦਾ ਰਣਜੀਤ ਸਿੰਘ ਤਿਆਰ ਹੈ ਆਸਰਾ ਰਾਜੋਵਾਲ ਪਿੰਡ ਦਾ ਮੇਰੇ ਵੀਰੋ ਨਾਲ ਪੈਂਦੀ ਹੈ ਆਹ ਸਾਹਮਣੇ ਖਿਡਾਰੀ ਭਾਈ ਦਾ ਤੇ ਕਹਿੰਦੇ ਕੋਸ਼ਿਸ਼ ਕਰ ਰਿਹਾ ਹੈ ਚਾਰ ਕਿਹੜੀ ਟੀਮ ਜਿੱਤੂਗੀ ਸ਼ੱਕ ਤੇ ਰਹਿਣੀ ਹੈ ਮੇਲਾ ਕਹਿੰਦੇ ਸਾਰਾ ਵਾਲੇ ਪਿੰਡ ਦਾ ਧੱਕ ਤੇ ਪੈਣੀ ਹੈ ਮੇਲਾ ਸਾਰਾ ਵਾਲੇ ਪਿੰਡ ਦਾ ਧੱਕ ਤੇ ਪੈਣੀ ਹੈ ਐਨ ਕਿਹੜੇ ਧੱਕ ਪਊਗੀ ਦੇਖਾਂਗੇ ਵੀ ਕਿਹੜੀ ਟੀਮ ਜਿਹੜੀ ਇਸ ਫੇਰ ਮੇਲੇ ਦੀ ਜੇਤੂ ਬਣਦੀ ਹੈ ਐਨ ਕਿਹੜੇ ਚੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਹੈ ਚੋਟੀ ਚੋਟੀ ਦੇ ਪਲੇਅਰ ਪੁੱਜੇ ਹੋਏ ਹੈ ਤੇ ਭਾਵੇਂ ਭਰਾ ਵੀ ਕਿਹੜੇ ਐਨ ਮੁੰਡਾ ਖੁਸ਼ ਹੈ ਦੋਤੇ ਵਾਲਾ ਸੁਪਰ ਸਟਾਰ ਦੀ ਟੱਕਰ ਆਓ ਬਾਹਰ ਪਾਸੇ ਮੇਰੇ ਵੀਰੋ ਵਾਹਿਗੁਰੂ ਦੋ ਸੁਪਰ ਸਟਾਰ ਹੈ
ਪਚੋਲੇ ਦੇ ਵਿੱਚ ਵਿਗਾੜ ਪਾਈ, ਲੋਕ ਦੀ ਗੱਡੀ ਦਿੱਤੀ ਹੈ, ਮੋਟਰਸਾਈਕਲ ਦਿੱਤੇ ਹੈ ਤੇ ਕਈ ਕਹਿੰਦੇ ਨਗਰ ਰਾਸ਼ੀ ਦਿੱਤੀ ਹੈ, ਪਰ ਜਿਹੜਾ ਸਾਹਮਣੇ ਆਉਣਾ ਉਹਨੇ ਵੀ ਮੋਟਰਸਾਈਕਲ ਦਿੱਤੇ ਹੈ, ਨਾ ਕਹਿੰਦੇ ਪਹਿਲਾਂ ਹੈ ਕਈ ਦੁਨੀਆ ਦੇ ਵਿੱਚ, ਨਾ ਪੁੱਛਣ ਦਾ ਰੰਗੀਰ ਧਿਆਨ ਹੈ, ਪਹਿਲੀ ਵਾਰ ਉਧਰਲੇ ਪਾਸੇ ਇਹ ਹਿੱਸਾ ਕੋਈ ਮੁੱਖ ਹੋਇਆ, ਆਹ ਫਿਕਰ ਮਹਿਰਾ ਪਾਈ ਜੀ ਹੁਣ ਲੱਖਾਂ ਤੋਂ ਹੈ ਕੱਟ ਹੋਇਆ, ਤੇਰਾ ਜਣਾ ਇਹ ਲੱਗਣਾ ਇਹ ਹਿੱਸਾ ਕੋਈ ਮੁੱਖ ਹੋਇਆ, ਆਹ ਕਹਿੰਦੇ ਪੁੱਛੋ ਦਾ ਰਣਜੀਤ ਆ ਫਿਰ ਵੀ ਉਹ ਤਿਆਰ ਹੈ ਖੇਡ ਕਰਾਉਣ ਦਿੰਦਾ, ਦੋਤੇ ਵਾਲਿਆ ਗੋਲ ਵੀ ਬੈਠਾ ਹਣੀ ਵੀ ਪਾਉਣ ਗਿਆ ਕਨੇਡਾ, ਕਹਿੰਦਾ ਵੱਡੇ ਮਾਣ ਕਰਾਂਗੇ ਆਪਾਂ ਵੱਡੇ ਮੇਲੇ ਦੇ, ਆਹ ਸਾਹਮਣੇ ਪੁੱਛੋ ਦਾ ਰਣਜੀਤ ਆ ਫਿਰ ਵੀ ਉਹ ਤਿਆਰ ਹੈ, ਹਾਰ ਪੈਂਦੀ ਹੈ ਉਧਰਲੇ ਪਾਸੇ ਉਹ ਬੱਲੇ 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 ਉੱਠੋ ਡੋਈ ਜਾਂਦਾ ਉੱਠੋ ਗੱਭਰੂਆ, ਇਹ ਪੁੱਛੋ ਦਾ ਰਣਜੀਤ ਸਿੰਘ ਇਹ ਵੀ ਚਮਕਾਰ ਬਹੁਤ ਮਿਹਨਤੀ ਹੁੰਦਾ ਹੈ ਤੇ ਬੜਾ ਜ਼ੋਰ ਨਾਲ ਆਉਂਦਾ ਹੈ, ਇਹ ਪੁੱਛੋ ਦਾ ਰਣਜੀਤ ਆਹੋ ਸਾਹਮਣੇ ਪੁੱਛੋ ਦਾ ਰਣਜੀਤ ਐਨ ਮੇਰੇ ਚੋਟੀ ਦਾ ਪਲੇਅਰ ਹੈ, ਲੋ ਸਾਹਮਣੇ ਓਵਰ ਸਮਾਪਤ ਹੋ ਗਿਆ ਹੈ, ਅਗਲਾ ਓਵਰ ਦੇਖਦੇ ਹੈ ਇਹਨੂੰ ਉਧਰਲੇ ਪਾਸੇ ਓਵਰ ਮੇਰੇ ਵੀਰੋ ਦੋ ਸਮਾਪਤ ਹੋ ਗਏ ਨੇ, 38 ਹੈ ਗੱਗੂ ਗੱਲਾਂ 38 ਹੈ ਮੇਰੇ ਵੀਰੋ, ਉਧਰ ਗੱਲੀਤ ਸੋਢੀ ਕਾਪਾ ਨਹੀਂ ਆਇਆ ਮੇਰੇ ਨਾ ਕਰਾਓ ਬਿਲਡਿੰਗ ਬਣਾਈ ਕਹਿੰਦੇ ਖਿਲਾਰੀ ਹੈ ਇਹ ਮੈਦਾਨ ਆਉਂਦਾ ਤੇ ਕਾਰ ਆਉਂਦਾ ਉਹਦੇ ਪਾਸੇ ਦੇ ਵੀਰੋ
ਬਹੁਤ ਵੱਡਾ ਧੰਨਵਾਦ ਹੈ ਵੀਰ ਸਾਡੇ ਜਨਮ ਨਾਲ ਸੁਖਮ ਨਾਲ ਕਦੇ ਗੁਰਦਾ ਗੁਰਨਾਮ ਸੁਖ ਸਿੱਧੂ ਵੀਰ ਸਾਡਾ ਨਾਲ ਨਿਰਮਲ ਭਰਾ ਨਾਲ ਰਹੀਓ ਜਗਜੀਤ ਗੁਰਮੀਤ ਬਲਦੇਵ ਮੈਂਬਰ ਸਾਹਿਬ ਰਜੀਤ ਮੈਂਬਰ ਜੀ ਅਮਰਜੀਤ ਸਾਹਿਬ ਸਰਪੰਚ ਫਾਇਰ ਸਿੰਘ ਕਾਲ ਸਿੰਘ ਬਿਰਤ ਗੁਰਮੁਖ ਭਾਈ ਗੁਰਚਰਨ ਮੈਂਬਰ ਛੋਟੀ ਦੇ ਪਲੇਅਰ ਪੁੱਜੇ ਹੋਏ ਹੈ, ਬੜਾ ਵਧੀਆ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ। ਆਈ ਹੋਈ ਸਿੰਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ। ਇਹ ਜਿਹੜੀ ਚੋਟੀ ਦਾ ਮੁਕਾਬਲਾ ਸਾਹਮਣੇ ਠੇਕੇਦਾਰ ਵਕੀਲ ਤੇ ਸ਼ਹਿਰ ਤੰਨੇ ਨਾਚਾ ਨਕਲੀਆ ਔਰ ਗਮੰਤਰੀ ਵੀ ਜਿੱਥੇ ਖਰਮੁ ਖਾਨ ਦੇ ਲਹਿਰ ਤੰਨੇ ਰਾਜ ਬਲੀ ਗੁਲਾਮ ਦੇ ਜੱਟ ਵਿੱਚ ਵੀ ਰੱਜੇ ਨਹੀਂ ਗੁਜ਼ਾਰੇ ਖੈਰ ਤੰਨੇ ਔਰ ਸਮੇਂ ਠੇਕੇਦਾਰ ਇਸ ਵੇਲੇ ਵੇਖਦਾ ਕਿ ਤੱਕੀ ਕਰਾਈ ਕਰਦਾ ਹੋਇਆ ਸਾਨੂੰ ਦੇ ਦਿੰਦੇ ਔਰ ਵੇਖਦੇ ਵੀ ਠੇਕੇਦਾਰ ਹੈ ਇਹ ਜਿਹੜੇ ਤੱਕੀ ਸ਼ਾਰ ਲਈ ਹੈ ਤੇ ਨੰਬਰ ਲਿਖਣਾ ਹੀ ਆਪਣੀ ਟੀਮ ਦੇ ਖਾਤੇ ਜੋੜ ਗਿਆ ਮੈਂ ਅਗਲੀ ਬਹੁਤ ਪਹੁੰਚ ਲਈ ਉਧਰ 50 ਸਕੋਰ ਬਣ ਕੇ ਚੌਥੇ ਕਰਨੇ ਹੈ ਬੈਟ ਬਣਾ ਸਵੇਰ ਵਾਲੇ ਵੀ ਉਹ ਜਿਹੜਾ ਕਿਤੇ ਖੇਡਣ ਜਾ ਰਹੇ ਫਿਰ ਗਰਾਊਂਡ ਅੰਦਰ ਸਾਡਾ ਵੀਰ
ਉਹ ਵੀ ਮੇਰੇ ਨਾਲ ਜੁੜਿਆ ਹੋਇਆ ਹੈ। ਬਹੁਤ ਤੁਹਾਡਾ ਧੰਨਵਾਦ ਕਰਾਂਗਾ। ਹਾਲ ਕਹਿੰਦੇ ਜੀਵ ਵੀ ਪੈ ਲੱਗੀ ਹੈ, ਮੁੰਡਾ ਜਵਾਨ ਨਹੀਂ ਪੜਦਾ, ਕਹਿੰਦੇ ਵੀ ਫਿਰ ਸਮੇਂ ਤਿਆਰ ਹੈ ਖੇਡ ਕਰਾਉਣ ਲੱਗਦਾ। ਹਾਲ ਤੋਂ ਵੀ ਬੜਾ ਹੋਇਆ ਗੁਰੂ, ਹਾਲ ਪੈ ਰਹੀਆਂ ਨੇ, ਮੁੰਡਾ ਕਹਿੰਦੇ ਇਸ ਵਿੱਚ ਪੇਪਰ ਸਪਲਾਈ ਕਰੀ ਹੈ। ਪੈਂਦੀ ਬਾਲ ਤੇ ਉਹ ਬੱਲੇ 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 ਚਾਰ ਮਿਲ ਗਏ ਨੇ, ਚਾਰ ਸਕੋਰ ਮਿਲ ਗਈ ਉਹ। ਟੀਮਾਂ ਮੇਰੀ ਦੇਖਦੀ ਹੈ, ਬਹੁਤ ਸਾਹਮਣੇ ਜਾਣ ਗਿਆ ਟੀਮ ਐਸੇ ਬਾਹਰ ਪਾਇਆ ਤਾਂ ਸਾਹਮਣੇ ਹਰ ਮੁਹੱਲੇ ਐਸੇ ਸਰਦਾਰ ਕਹਿੰਦੇ ਬੱਲੇ 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 ਕਰਾਈ ਹੈ ਢੋਲ ਹੋ ਰਿਹਾ ਕਿੰਨਾ ਲੱਗਦਾ ਹੋ ਰਿਹਾ ਜਿਹੜਾ ਸਵਾਪਾ ਟੈਨਰ ਦੀ ਜਿਹੜੀ ਉਹ ਸਾਫ ਜਿਹੜੀ ਹੋ ਗਈ ਹੈ ਖੇਡ ਗਰਾਊਂਡ ਅੰਦਰ ਅਤੇ ਸਕੋਰ ਜਿਹੜੇ ਬਾਕੀ ਲੱਗਦਾ 55 ਨੇ ਮੇਰੇ ਵੀਰੋ ਸਹੀ ਗੱਲ ਹੈ ਗੈਰੀ, ਹੈਰੀ ਪੁੱਛੋ ਕੋਈ ਬੋਲ ਨਹੀਂ ਖੜਦਾ ਗਾ ਕੋਈ ਬਾਈ ਕਿਤੇ ਕਿਹਦੇ ਤੇ ਕਿਤੇ ਕਿਹਦੇ ਤੇ ਗੈਰੀ ਸਕੂਲ ਕੀ ਵਾਲਾ ਸੈੱਟ ਚੁੱਟੀ ਦੇ ਨਾਲ ਆਏ ਹੋਏ ਨੇ ਜੱਗਾ ਸਰਪੰਚ ਭਰਾ ਸਾਡਾ ਹਰੀਏ ਵਾਲਾ ਗਰੁੱਪ ਜੱਗਾ ਵੀਰ ਨਾਲ ਕਹਿੰਦੇ ਗੋਰੀ ਸਰਪੰਚ ਹੈ ਗੋਰੀ ਭਰਾ ਸਾਡਾ ਨਾਲ ਗੋਰਮਾ ਖਾਣਾ ਲਾਲ ਮੇਰੀ ਉਹ ਨਾਲ ਜਿੱਦੂ ਹੈ ਯੋਧਾ ਦੇ ਨਾਲ ਇਸ ਭਰਾ ਸਾਡਾ ਵਿਸ਼ੇ ਬਹੁਤ ਬੜੇ ਹੋਏ ਨੇ। ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਸ਼ਿੰਦੇ ਨੇ ਬੜੀ ਕੰਡੀ ਕਮਾਈ ਖੇਡੀ ਆਏ ਅੱਜ ਸ਼ਿੰਦੇ ਦਾ ਸਨਮਾਨ ਬਾਕੀ ਏਰੀਏ ਦੇ ਕਹਿੰਦੇ ਪਹਿਲੀ ਰੇਕੇ ਚ ਬਗੌਰ ਕੋਈ ਜਿਹੜਾ ਵਿਸ਼ੇ ਤੌਰ ਤੇ ਸਨਮਾਨ ਜਿਹੜਾ ਕੀਤਾ ਜਾਵੇਗਾ ਵੱਡੀਆਂ ਮੁਬਾਰਕਾਂ ਨੇ ਸਾਰਾ ਵੀਰ ਸ਼ਰਧਾ ਪੁੱਜਿਆ ਹੋਇਆ ਹੈ। ਵੱਡਾ ਮਾਨ ਸਨਮਾਨ ਜਿਹੜਾ ਇਹਨ ਲਈ ਪ੍ਰਾਪਤ ਕੀਤਾ ਗਿਆ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹੈ ਸਾਰੇ ਸ਼ਰਧੇ ਦਾ ਵੱਡਾ ਮਾਨ ਸਨਮਾਨ ਕਰਦਾ ਬਹੁਤ ਸਾਹਮਣੇ ਇਸ ਲਈ ਲਿਖਣਾ ਕਿ ਮੁੰਡਾ ਚੌਹਾਨ ਵਾਲੀ ਦਾ ਉੱਨੀ ਰਹਿ ਗਏ ਮੇਰੇ ਵੀਰੋ ਛੇ ਵਾਲਾ ਕਹਿੰਦੇ ਉੱਨੀ ਰਹਿ ਗਏ ਹੈ ਸ਼ਕਾਂ ਰੱਖੀਏ ਅਤੇ ਮੇਰੇ ਵੀਰੋ ਤਿੰਨ ਜਿਹੜੇ ਬਾਕੀ ਨੇ ਖੇਡ ਗਰਾਊਂਡ ਦੇ ਅੰਦਰ ਉੱਨੀ ਰਹਿ ਗਏ ਹੈ। ਸ਼ੇਅਰ ਕਰੀ ਚਲੋ ਮੇਰੇ ਪੇਜ ਵੀ ਲਾਈਕ ਫੋਲੋ ਜ਼ਰੂਰ ਕਰ ਲਓ ਸਾਰੇ ਕੋਈ ਪਤਾ ਨਹੀਂ ਲੱਗਦਾ ਪਿਆ ਕਿਹੜੀ ਸਕੂਲ ਬਹੁਤ ਸਾਹਮਣੇ ਸਾਹਿਬ ਬਹੁਤ ਜਾਣੀਆਂ ਸਾਹਿਬ ਬਾਣ ਪਾ ਰਿਹਾ ਹੈ ਪਰ ਸਾਹਮਣੇ ਠੇਕੇ ਨਾਲ ਆਓ ਵੈਟ ਬਾਲ ਦਾ ਇਸ਼ਾਰਾ ਹੋ ਗਿਆ ਹੈ ਵੈਟ ਬਾਲ ਦਾ ਇਸ਼ਾਰਾ ਹੋ ਗਿਆ ਹੈ ਸਾਹਮਣੇ ਲਿਖਿਆ ਹੈ ਇਸੇ ਕਾਰਨ ਹੈ ਕਿ ਵੀਡੀਓ ਛੇ ਬੱਲਾ ਤੇ 18 ਸਕੋਰ ਦੇ ਬਾਕੀ ਰਹਿ ਗਏ ਖੇਡ ਮੈਦਾਨ ਦੇ ਅੰਦਰ ਆਓ ਸਾਹਮਣੇ ਵੇਖਣਾ ਹੈ ਚੱਲ ਲੈਂਦੇ ਮੈਚ ਯਾਰ ਮੈਚ ਤਾਂ ਅੱਗੇ ਇੰਨਾ ਰੁਕੀ ਜਾਂਦਾ ਹਾਂਜੀ ਲਖਵੀਰ ਵੀਰੇ ਵਧੀਆ ਵਧੀਆ ਹੈਰੀ ਪੁੱਛੋ ਸ਼ਕੇ ਕਹਿੰਦੇ ਦੋ ਹੀ ਲੈ ਗਏ ਨੇ ਫਿਰ ਮੈਦਾਨ ਕਰਦਾ ਹਰ ਬੰਦੇ ਬੜੇ ਹੋ ਗਏ ਮੇਰੇ ਵੀਰੋ ਫਿਰ ਜੇ ਮੈਦਾਨ ਕਰਦਾ ਅੱਜ ਸਾਰਿਆਂ ਦੇ ਵਿੱਚ ਭੰਗੜੇ ਪੈਂਦੇ ਆ ਚੁੱਟੀ ਦੇ ਮਨ ਲਾਏ ਹੋਏ ਨੇ ਸਾਡੀ ਕ੍ਰਿਕਟ ਦੇ ਕੋਈ ਕੱਟਣ ਦਾ ਹੀ
ਕੋਈ ਗੱਡੀ ਦਾ ਜੱਟੂ, ਕੋਈ ਪੁੱਲ ਦਾ ਜੱਟੂ, ਕੋਈ ਘੋੜੇ ਦਾ ਜੱਟੂ ਬਣਾ ਹੋਇਆ ਹੈ। ਆਪ ਸਾਹਮਣੇ ਹਰ ਕਹਿੰਦੇ ਸਾਹਿਬ ਜੀ ਮੇਰੇ ਵੀਰੋਂ ਪਿਆਰੀ ਹੈ, ਛੱਕੇ ਦੋ ਰਹਿ ਗਏ, ਟੱਕਰ ਟਕਾਣੇ ਨਹੀਂ ਹੈ, ਪਹਿਲੀ ਵਾਰ ਮੁੱਢ ਦੇ ਭਰਸੇ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ, ਦੋਨਾਂ ਟੀਮਾਂ ਦੇ ਦਰਮਿਆਨ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ। ਅਗਲੇ ਮੈਚ ਦੀਆਂ ਟੀਮਾਂ ਲਈ ਬੇਨਤੀ ਹੈ, ਕੰਮੇ ਵਾਲਾ ਤੇ ਢਿੱਲਵਾ ਕਲਾ ਬੜੀ ਦੂਰ ਚੱਲ ਗਏ ਖਿਡਾਰੀ, ਕੁਆਟਰ ਚ ਪਹੁੰਚ ਗਏ ਗੱਟੀ ਦੇ ਵਿੱਚ ਜੈਪਾਲ ਵਾਰਡ ਦਾ ਵੀਰੇ ਡਿਸੀਜਨ ਪੈਂਡਿੰਗ ਆ, ਉਹ ਹਜੇ ਹੋਣਾ ਵੀਰੇ। ਐਨ ਕਦੇ ਚੁੱਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਸਹਿਬ ਬੋਲੋ ਪਾ ਰਿਹਾ ਹੈ, ਇਸ ਵਾਰ ਚਾਰ ਰਹਿ ਗਏ ਮੇਰੇ ਨੂੰ ਮੈਂ ਪਾ ਗਿਆ ਹਰੀਆ ਤੰਗੇ ਵਾਲਾ ਸਹਿਬ ਦੇ ਕਹਿਣਾ ਹੈ ਹਰ ਨੀਏ ਦੇ ਸਭਾ ਤੇ ਚਾਰ ਗਏ ਉਹਦੇ ਪਾਸੇ ਕਿਹੜਾ ਸ਼ਾਰ ਦੀ ਭਾਈ ਲਾਉਣਾ ਲਾਉ ਸਮੇ ਜਾਉਣਾ ਜਤਗੀ ਵੀਰੇ ਇੱਕ ਰਾਨਾ ਜਤਗੀ ਵੀਰੇ ਜਾਉਣਾ
ਤੇ ਧੰਨਵਾਦ ਕਰਾਂ ਜੋਣਾ ਜਿੱਤ ਗਈ ਵੀਰੇ ਇੱਕ ਰਨ ਅਮੀਰ ਬਣਾ ਸਕਦਾ ਕਮਿਆਂ ਦੇ ਧੰਨਵਾਦ ਕਰਾਂ ਤੁਹਾਨੂੰ ਪੁਲਾ ਜਾਈਆ ਬੱਬੂ ਸਾਹਿਬ ਵੀ ਆ ਗਏ ਦੂਸਰੇ ਬੱਬੂ ਰੁਖ ਸਾਹਿਬ ਦਾ ਬੱਬੂ ਸਾਹਿਬ ਵੀ ਆ ਵੀਰੇ ਮੈਂ ਇੱਥੇ ਆ ਗਿਆ ਜੀ ਜਲਦੀ ਮੇਰੇ ਭਰਾ ਬਣ ਕੇ ਮੇਰੀ ਬੇਨਤੀ ਹੈ ਬਣਾ